ਤੇ ਲੇਲਾ ਉਹਨਾਂ ਦੇ ਉੱਤੇ ਫਤਿਹ ਪਾਵੇਗਾ, ਲੇਲਾ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰੇਗਾ ਸ਼ੈਤਾਨ ਦੇ ਉੱਤੇ। ਹਲਲੀਆ ਇਹਦੇ ਉੱਤੇ ਸ਼ੈਤਾਨ ਦੇ ਉੱਤੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਆ, ਹਲਲੀਆ ਜਿਹੜੇ ਸੱਦੇ ਹੋਏ ਤੇ ਚੁਣੇ ਹੋਏ, ਉਹ ਜਿੰਨੇ ਧਰਮ ਦੇ ਕੰਮ ਹੋਣਗੇ, ਜਿੰਨੀਆਂ ਦੁਆਵਾਂ ਪ੍ਰਾਰਥਨਾ ਹੋਣਗੀਆਂ, ਓਨੀ ਜ਼ਿਆਦਾ ਪਰਮੇਸ਼ਰ ਦੀ ਸਾਮਰਥ ਦੀ ਸ਼ਕਤੀ ਵਧੇਗੀ, ਓਨੀ ਪਾਵਰ ਸਾਨੂੰ ਜ਼ਿਆਦਾ ਮਿਲੇਗੀ। ਹਲਲੀਆ ਕਿਉਂਕਿ ਇਹੀ ਵੇਖਣਾ, ਕਿਉਂਕਿ ਅੰਤ ਸਮੇਂ ਆ, ਅੰਤ ਸਮੇਂ ਦੇ ਵਿੱਚ ਇਹ ਕੁਛ ਹੋਣਾ ਹੈ। ਔਰ ਇਹੀ ਇੱਕ ਵਚਨ ਹੋਰ ਪੜ੍ਹਦੇ ਆ, ਪ੍ਰਕਾਸ਼ ਦੀ ਪੋਥੀ 12 ਉਹਦੀ 9 ਐਤ ਵਿੱਚੋਂ, ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਤਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਹਲੇਲੂਇਆ ਹਲੇਲੂਇਆ। ਵਚਨ ਚ ਕੀ ਲਿਖਿਆ? ਉਹ ਵੱਡਾ ਅਜਗਰ, ਹਲੇਲੂਇਆ, ਕੌਣ? ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਤਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ। ਕਿਹਨੂੰ ਭਰਮਾਉਂਦਾ? ਸਾਰੇ ਜਗਤ ਨੂੰ। ਉਹ ਧਰਤੀ ਉੱਤੇ ਸੁੱਟਿਆ ਗਿਆ ਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ। ਵਚਨ ਚ ਲਿਖਿਆ ਜਦੋਂ ਧਰਤੀ ਦੇ ਉੱਤੇ ਸੁੱਟਿਆ ਗਿਆ, ਸ਼ੈਤਾਨ ਨੂੰ ਸੁੱਟਿਆ ਗਿਆ, ਤੇ ਲਿਖਿਆ ਉਹਨੇ ਇੱਕ ਤਿਹਾਈ ਸਵਰਗੀ ਦੂਤਾਂ ਦੀ ਆਪਣੀ ਪੂਛ ਨਾਲ ਲੇਟ ਕੇ ਥੱਲੇ ਸੁੱਟ ਲਈ। ਜਿਹਨੇ ਉਹਨਾਂ ਦੂਤਾਂ ਨੂੰ ਨਹੀਂ ਬਖਸ਼ਿਆ, ਉਹ ਦੂਤ ਵੀ ਨਾਲ ਹੇਠਾਂ ਸੁੱਟ ਲਏ, ਉਹ ਇਨਸਾਨਾਂ ਨੂੰ ਬਖਸ਼ੇਗਾ? ਹਲੇਲੂਇਆ। ਉਹਨੂੰ ਇਹ ਹੋਇਆ ਕਿ ਮੈਂ ਤਾਂ ਥੱਲੇ ਚੱਲਿਆ ਚੱਲਿਆ, ਮੈਨੂੰ ਤਾਂ ਸੁੱਟਿਆ ਗਿਆ ਨਰਕ ਵਿੱਚ, ਅਥਾਹ ਕੁੰਡ ਵਿੱਚ, ਮੈਂ ਤਾਂ ਸੁੱਟਿਆ ਗਿਆ, ਤੇ ਇਹ ਵੀ ਕਿਉਂ ਉੱਤੇ ਰਹਿਣ? ਪਹਿਲਾਂ ਉਹ ਦੂਤ ਜਿਹੜੇ ਹੀ ਸ਼ੈਤਾਨ ਦੇ ਨਾਲ ਸੀਗੇ, ਹਾਮੀ ਭਰਦੇ ਸੀ ਹਰ ਗੱਲ ਵਿੱਚ, ਉਹ ਇਹ ਕਰਕੇ ਸੁੱਟੇ ਗਏ, ਉਹ ਸ਼ੈਤਾਨ ਦੇ ਇਸ ਕਰਕੇ ਸੁੱਟੇ ਵੀ ਕਿਤੇ ਮੁੜ ਕੇ ਪਰਮੇਸ਼ਰ ਦੇ ਵਿੱਚ ਸੱਦੇ ਨਾ ਹੋ ਜਾਣ, ਕਿਉਂਕਿ ਇਹ ਹੁਣ ਕੀ ਆ ਮੇਰੇ ਵੱਲ ਦੇ ਆ। ਅੱਜ ਦੁਨੀਆ ਵਿੱਚ ਤੁਸੀਂ ਵੇਖਦੇ ਹੋ ਕਿੱਦਾਂ ਪਾਪ ਵੱਧ ਚੁੱਕਿਆ ਵਾ, ਦੁਨੀਆ ਦੇ ਵਿੱਚ ਕੀ ਕੁਛ ਹੋਣ ਡਿਆ ਵਾ, ਕਿਸੇ ਦਾ ਮੂੰਹ ਤੇ ਨਹੀਂ ਰਹਿ ਗਿਆ, ਇੱਥੋਂ ਤੱਕ ਕਿ ਰੱਬ ਦੇ ਨਾਲ ਵੀ ਪਿਆਰ ਨਹੀਂ ਗਿਆ, ਪਿਆਰ ਲੋਕਾਂ ਦਾ ਘਟਦਾ ਜਾਂਦਾ। ਵਚਨ ਚ ਲਿਖਿਆ ਅੰਤ ਦੇ ਸਮੇਂ ਵਿੱਚ ਕੀ ਹੋਵੇਗਾ, ਤਾਂ ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਏਗੀ। ਹਲਲੀਆ ਇਹੋ ਜਿਹੀ ਆ, ਪ੍ਰੀਤ ਠੰਡੀ ਪੈ ਜਾਣੀ ਆ, ਕਿਹਦੇ ਨਾਲ? ਪਰਮੇਸ਼ਰ ਦੇ ਨਾਲ ਠੰਡੀ ਪੈ ਜਾਣੀ ਆ। ਕੋਈ ਨੀ, ਚਲ ਜਾਂਗੇ, ਵੇਖਾਂਗੇ ਅਗਲੀ ਵਾਰ ਸਹੀ, ਦੂਜੀ ਵਾਰ ਸਹੀ, ਕੋਈ ਗੱਲ ਨੀ, ਉੱਥੇ ਹੀ ਚਰਚ ਕਿਹੜੀ ਕਿਤੇ ਚੱਲ ਚੱਲੀ ਆ, ਕਿਹੜੇ ਰੱਬ ਦੇ ਦਾਸ ਕਿਤੇ ਚੱਲ ਚੱਲੇ ਆ। ਹਲਲੀਆ ਪਰ ਇੰਨਾ ਨੀ ਪਤਾ ਕਿ ਤੁਸੀਂ ਆਪਣੇ ਜੀਵਨ ਨੂੰ ਖਰਾਬ ਕਰ ਰਹੇ ਹੋ, ਕਿਸੇ ਦਾ ਕੁਛ ਨੀ ਜਾਣਾ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਉਹ ਵੀ ਉਹਦੇ ਨਾਲ ਰਾਜ ਕਰਨਗੇ, ਉਹ ਵੀ ਉਹਦੇ ਉੱਤੇ ਫਤਿਹ ਪਾਉਣਗੇ, ਜਿਹੜੇ ਸੱਦੇ ਹੋਏ ਨੇ, ਜਿਹੜੇ ਚੁਣੇ ਹੋਏ ਨੇ, ਜਿਹੜੇ ਮਤਬਰ ਲੋਕ ਨੇ, ਉਹ ਵੀ ਪਰਮੇਸ਼ਰ ਦੇ ਨਾਲ ਕੀ ਕਰਨਗੇ? ਰਾਜ ਕਰਨਗੇ, ਫਤਿਹ ਪਾਉਣਗੇ ਸ਼ੈਤਾਨ ਦੇ ਉੱਤੇ। ਤੇ ਫਤਿਹ ਆਪਾਂ ਕਿੱਦਾਂ ਪਾਵਾਂਗੇ? ਸਾਡੇ ਕੋਲ ਤੋਂ ਛੋਟਾ ਜਿਹਾ ਬੰਧਨ ਨਹੀਂ ਟੁੱਟਦਾ, ਰਸਤੇ ਵਿੱਚ ਹੀ ਉਹ ਡੱਕ ਲੈਂਦਾ ਸ਼ੈਤਾਨ, ਅਜਗਰ ਦੇ ਉੱਤੇ ਕਿੱਦਾਂ ਫਤਿਹ ਪਾਓਗੇ? ਹਲਲੀਆ ਤੁਸੀਂ ਅਜਗਰ ਦੇ ਉੱਤੇ ਕਿੱਦਾਂ ਫਤਿਹ ਪਾਓਗੇ? ਤੁਹਾਡੇ ਕੋਲ ਤਾਂ ਜੇ ਛੋਟਾ ਜਿਹਾ ਨਹੀਂ ਮੰਨ ਗਿਆ। ਹਲਲੀਆ ਇੱਕ ਇੱਥੇ ਆਦਮ ਤੇ ਹਵਾ ਵਚਨ ਸਾਨੂੰ ਦੱਸਦਾ ਹੈ, ਉਤਪਤੀ ਕਿਤਾਬ ਉਹਦਾ 3 ਵਿੱਚ ਅਸੀਂ ਜਦ ਪੜ੍ਹਦੇ ਸ਼ੁਰੂ ਤੋਂ 1 ਤੋਂ ਲੈ ਕੇ 4 ਤੱਕ,
ਉੱਥੇ ਹਵਾ ਦੇ ਨਾਲ ਸ਼ੈਤਾਨ ਨੇ ਗੱਲਬਾਤ ਕੀਤੀ, ਉੱਥੇ ਅਜਗਰ ਨਹੀਂ ਉੱਥੇ ਇੱਕ ਸੱਪ ਬਣ ਕੇ ਗੱਲਬਾਤ ਕੀਤੀ। ਕੀ ਬਣਿਆ? ਇੱਕ ਸੱਪ, ਛੋਟਾ ਜਿਹਾ ਸੱਪ। ਅਜਗਰ ਬਹੁਤ ਵੱਡਾ ਹੁੰਦਾ ਹੈ। ਅਜਗਰ ਤੁਸੀਂ ਹੋ ਸਕਦਾ ਟੀਵੀ ਵਿੱਚ ਵੇਖਿਆ ਹੋਵੇ, ਦਿਖਾਉਂਦੇ ਨੇ ਡਿਸਕਵਰੀਆਂ ਤੇ ਦਿਖਾਉਂਦੇ ਆ, ਅਜਗਰ ਇੰਨਾ ਵੱਡਾ ਹੁੰਦਾ ਕਿ ਮਨੁੱਖ ਨੂੰ ਸਿੱਧਾ ਹੀ ਨਿਕਲ ਜਾਂਦਾ ਹੈ, ਇੰਨਾ ਵੱਡਾ ਹੁੰਦਾ। ਸੱਪ ਨਹੀਂ ਨਿਕਲ ਸਕਦਾ। ਹਲੇ ਇੱਥੇ ਟੀਵੀ ਦੇ ਨਾਲ ਗੱਲਬਾਤ ਸੱਪ ਕਰ ਰਿਹਾ, ਕਿਉਂਕਿ ਉਹਨਾਂ ਦੇ ਕੋਲੋਂ ਵੀ ਉਹ ਛੋਟਾ ਜਿਹਾ ਸੱਪ ਨਹੀਂ ਮਰਿਆ, ਉਹਨਾਂ ਦੇ ਕੋਲੋਂ ਵੀ ਰਾਜ ਨਹੀਂ ਉਹਨਾਂ ਦੇ ਉੱਤੇ ਹੋਇਆ। ਹਲੇਲੂਯਾ। ਰਾਜ ਕਰਨਗੇ, ਪਰਮੇਸ਼ਰ ਨੇ ਵਚਨ ਚ ਲਿਖਿਆ ਪਰਮੇਸ਼ਰ ਦੇ ਲੋਕ ਕੀ ਕਰਨਗੇ, ਉਹਦੇ ਉੱਤੇ ਫਤਿਹ ਪਾਉਣਗੇ ਤੇ ਰਾਜ ਕਰਨਗੇ। ਅਸੀਂ ਉਤਪਤੀ ਕਿਤਾਬ ਉਹਦੀ ਇੱਕ ਉਹਦੀ 28 ਐਤ ਵਿੱਚੋਂ ਪੜ੍ਹਦੇ ਹਾਂ, ਤਾਂ ਵੇਖੋ ਵਚਨ ਚ ਕੀ ਲਿਖਿਆ, ਜਿਹਨੂੰ ਮਿਲਿਆ ਉਹ ਪੜ੍ਹੇ। ਪਰਮੇਸ਼ਰ ਨੇ ਉਹਨਾਂ ਨੂੰ ਆਸੀਸ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ। ਹਾਲੇਲੂਯਾ। ਪਰਮੇਸ਼ਰ ਨੇ ਜਦੋਂ ਆਦਮ ਤੇ ਹਵਾ ਦੀ ਰਚਨਾ ਕੀਤੀ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ, ਸਰਾਪ ਨਹੀਂ ਦਿੱਤਾ। ਕੀ ਦਿੱਤੀ ਆ? ਆਸ਼ੀਸ਼ ਦਿੱਤੀ। ਤਾਂ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਵਧੋ ਅਤੇ ਧਰਤੀ ਨੂੰ ਭਰ ਦਿਓ। ਹਾਂਜੀ। ਅਤੇ ਆਪਣੇ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ। ਉਹਨੂੰ ਕੀ ਕਰੋ? ਆਪਣੇ ਵਸ ਵਿੱਚ ਕਰ ਲਓ। ਧਰਤੀ ਨੂੰ ਕੀ ਕਰ ਲਓ? ਆਪਣੇ ਵਸ ਵਿੱਚ ਕਰ ਲਓ। ਹਾਂਜੀ। ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਅਤੇ ਧਰਤੀ ਉੱਪਰ ਘਿਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ। ਰਾਜ ਕਰੋ। ਹਾਲੇਲੂਯਾ। ਪਰਮੇਸ਼ਰ ਨੇ ਕਿਹਾ ਸਮੁੰਦਰ ਦੀਆਂ ਮੱਛੀਆਂ ਦੇ ਉੱਤੇ, ਆਕਾਸ਼ ਦੇ ਪੰਛੀਆਂ ਦੇ ਉੱਤੇ, ਧਰਤੀ ਦੇ ਸਾਰੇ ਘਿਸਣ ਵਾਲਿਆਂ ਉੱਤੇ ਕੀ ਕਰੋ? ਰਾਜ ਕਰੋ। ਉਹਨੇ ਰਾਜ ਕਰਨ ਦੇ ਲਈ ਕਿਹਾ ਪਰਮੇਸ਼ਰ ਨੇ। ਤੇ ਜਦੋਂ ਖੁਦਾ ਨੇ ਇੰਨਾ ਅਧਿਕਾਰ ਦੇ ਦਿੱਤਾ ਆਦਮ ਤੇ ਹਵਾ ਨੂੰ, ਤਾਂ ਵਚਨ ਦੱਸਦਾ ਘਿਸਣ ਵਾਲੇ ਦਾ ਰੂਪ ਧਾਰ ਕੇ ਗਿਆ, ਸੱਪ ਦਾ ਰੂਪ ਧਾਰ ਕੇ ਸ਼ੈਤਾਨ ਉਹਦੇ ਕੋਲ ਗਿਆ ਔਰ ਉਹਦੇ ਨਾਲ ਜਾ ਕੇ ਗੱਲਬਾਤ ਕੀਤੀ, ਉਹਨਾਂ ਨੂੰ ਪਾਪ ਵਿੱਚ ਗਿਰਾ ਦਿੱਤਾ। ਹਾਲੇਲੂਯਾ। ਉਹਨਾਂ ਨੂੰ ਕੀ ਕਰ ਦਿੱਤਾ? ਪਾਪ ਦੇ ਵਿੱਚ ਗਿਰਾ ਦਿੱਤਾ। ਪਾਪ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੋ ਗਏ। ਹਾਲੇਲੂਯਾ। ਪਾਪ ਦੇ ਕਾਰਨ ਪਰਮੇਸ਼ਰ ਤੋਂ ਦੂਰ ਹੋ ਗਏ ਔਰ ਉਹਨਾਂ ਦੇ ਕੋਲੋਂ ਉਸ ਟਾਈਮ ਉਹ ਸੱਪ ਜਿਹੜਾ ਨਹੀਂ ਮਰਿਆ, ਉਹ ਅਪਲੀਸ ਉਹਨਾਂ ਦੇ ਕੋਲੋਂ ਭੱਜਿਆ ਨਹੀਂ। ਹਾਲੇਲੂਯਾ। ਔਰ ਪਰਮੇਸ਼ਰ ਨੇ ਉਹਨਾਂ ਨੂੰ ਸਰਾਫ ਦਿੱਤਾ। ਹਾਲੇਲੂਯਾ। ਔਰ ਪਰਮੇਸ਼ਰ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਆਸ਼ੀਸ਼ ਦਵਾਂ, ਤੁਸੀਂ ਮੇਰੇ ਨਾਲ ਕੀ ਕਰੋਗੇ? ਰਾਜ ਕਰੋਗੇ। ਤੁਸੀਂ ਇਸਰਾਇਲ ਦੀਆਂ 12 ਗੋਤਾਂ ਕੀ ਕਰਨਗੀਆਂ? ਪਰਮੇਸ਼ਰ ਦੇ ਸਿੰਘਾਸਨ ਤੇ ਬੈਠ ਕੇ ਉਹਨਾਂ ਦੇ ਨਾਲ ਕੀ ਕਰਨਗੇ? ਮੇਜ ਤੇ ਖਾਣ ਪੀਣਗੀਆਂ, ਰਾਜ ਕਰਨਗੀਆਂ। ਹਾਲੇਲੂਯਾ। ਜਦ ਇਹ ਪ੍ਰਕਾਸ਼ ਦੀ ਪੋਥੀ ਵਿੱਚ ਵੇਖਦਾ ਤੇ ਇੱਥੇ ਕੀ ਬਣ ਗਿਆ? ਉਹ ਵੱਡਾ ਅਜਗਰ ਬਣ ਗਿਆ। ਹਾਲੇਲੂਯਾ। ਇੱਥੇ ਕੀ ਬਣ ਗਿਆ? ਪਹਿਲਾਂ ਛੋਟਾ ਜਿਹਾ ਉਤਪਤ ਵਿੱਚ ਛੋਟਾ ਜਿਹਾ ਸੱਪ, ਛੋਟਾ ਜਿਹਾ ਪਾਪ ਹੋਇਆ ਉਹਨਾਂ ਦੇ ਕੋਲੋਂ, ਥੋੜਾ ਜਿਹਾ ਪਾਪ ਕੀਤਾ। ਅੱਜ ਥੋੜਾ ਜਿਹਾ ਪਾਪ ਜਿਹੜਾ ਨਾ ਸਾਨੂੰ ਪਰਮੇਸ਼ਰ ਤੋਂ ਦੂਰ ਲੈ ਜਾਂਦਾ, ਅੱਗੇ ਜਾ ਕੇ ਉਹ ਪਾਪ ਕੀ ਹੋ ਜਾਂਦਾ ਆ? ਅਜਗਰ ਦਾ ਰੂਪ ਧਾਰਦਾ ਆ। ਹਾਲੇਲੂਯਾ। ਅੱਗੇ ਜਾ ਕੇ ਉਹ ਪਾਪ ਕੀ ਕਰਦਾ ਆ? ਅਜਗਰ ਦਾ ਰੂਪ ਧਾਰਨ ਕਰਦਾ। ਫਿਰ ਉਹ ਸਾਡੇ ਕੋਲ ਮਰਦਾ ਨਹੀਂ, ਪਰ ਅਸੀਂ ਉਹਦੇ ਵਿੱਚ ਕੀ ਜਾਂਦੇ? ਧੱਸਦੇ ਜਾਂਦੇ। ਜਿੱਦਾਂ ਅਜਗਰ ਨਿਕਲ ਜਾਂਦਾ ਨਾ ਇਨਸਾਨਾਂ ਨੂੰ, ਇਸੇ ਤਰ੍ਹਾਂ। ਹਾਲੇਲੂਯਾ। ਪਰ ਉਹਨਾਂ ਦੇ ਕੋਲੋਂ ਛੋਟਾ ਜਿਹਾ ਪਾਪ ਖਤਮ ਨਹੀਂ ਹੋਇਆ,
ਉਹਨਾਂ ਨੇ ਪਾਪ ਕੀਤਾ। ਔਰ ਵਚਨ ਦੱਸਦਾ ਕਿ ਪ੍ਰਕਾਸ਼ ਦੀ ਪੋਥੀ 12:9 ਵਿੱਚ ਲਿਖਿਆ, ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ। ਹੁਣ ਉਹਨੇ ਸਾਰੇ ਜਗਤ ਨੂੰ ਭਰਮਾਇਆ ਹੋਇਆ, ਹਲੇਲੂਯਾ, ਸਾਰੇ ਜਗਤ ਨੂੰ ਕੀ ਕੀਤਾ ਹੈ? ਭਰਮਾਇਆ ਹੈ, ਉਹਨੇ ਆਪਣੇ ਵਸ ਵਿੱਚ ਕੀਤਾ ਹੈ ਲੋਕਾਂ ਨੂੰ। ਅੱਜ ਲੋਕ ਨਹੀਂ ਵਿਰੋਧ ਕਰਦੇ, ਤੁਹਾਨੂੰ ਨਹੀਂ ਪਤਾ ਉਹ ਕੌਣ ਹੈ ਜਿਹੜਾ ਉਹਨਾਂ ਦੇ ਵਿੱਚ ਉਦੀ ਹੋ ਕੇ ਬੋਲਦਾ ਹੈ। ਵਿਰੋਧ ਇਨਸਾਨ ਨਹੀਂ ਕਰ ਰਹੇ, ਉਹਨਾਂ ਇਨਸਾਨਾਂ ਦੇ ਵਿੱਚ ਉਦੀ ਹੋ ਕੇ ਵਿਰੋਧ ਕਰਨ ਵਾਲਾ ਕਰ ਦਿਆ। ਹਾਲੇਲੂਯਾ, ਅੱਜ ਵੀ ਇਹਨਾਂ ਚੀਜ਼ਾਂ ਦੇ ਉੱਤੇ ਚਿੰਤ ਪਾਉਣੀ ਆ, ਪਤਾ ਪਾਉਣੀ ਆ, ਅਸੀਂ ਆਪਣੇ ਘਰਾਂ ਪਰਿਵਾਰਾਂ ਨੂੰ ਬਚਾਉਣਾ ਹੈ। ਕਿਉਂਕਿ ਵਚਨ ਚ ਲਿਖਿਆ, ਤੁਸੀਂ ਇੱਕ ਲੜਾਈ ਵਿੱਚ ਹੋ, ਇੱਕ ਯੁੱਧ ਵਿੱਚ ਹੋ। ਹਾਲੇਲੂਯਾ, ਕਿੰਨੇ ਜਣਿਆਂ ਨੂੰ ਸਮਝ ਆਉਂਦੀ ਹੈ? ਅਸੀਂ ਕਾਹਦੇ ਵਿੱਚ ਆ? ਇੱਕ ਲੜਾਈ ਵਿੱਚ, ਇੱਕ ਯੁੱਧ ਵਿੱਚ। ਜਦੋਂ ਅਸੀਂ ਪ੍ਰਭੂ ਵਿੱਚ ਆ ਜਾਂਦੇ, ਆਪਣਾ ਜੀਵਨ ਪ੍ਰਭੂ ਨੂੰ ਦਿੰਦੇ ਹਾਂ, ਅਸੀਂ ਇੱਕ ਲੜਾਈ ਵਿੱਚ, ਅਸੀਂ ਇੱਕ ਯੁੱਧ ਵਿੱਚ ਆ ਜਾਂਦੇ ਹਾਂ। ਸਾਡੀ ਇੱਕ ਲੜਾਈ ਲੱਗ ਜਾਂਦੀ ਆ। ਸ਼ੈਤਾਨ ਪਰੇਸ਼ਾਨੀਆਂ ਨੂੰ ਲੈ ਕੇ ਆਉਂਦਾ, ਹਾਲਾਤਾਂ ਨੂੰ ਲੈ ਕੇ ਆਉਂਦਾ, ਬਿਮਾਰੀਆਂ ਨੂੰ ਲੈ ਕੇ ਆਉਂਦਾ ਵੀ ਇਹ ਪਰਮੇਸ਼ੁਰ ਤੋਂ ਕੀ ਹੋ ਜਾਣ, ਦੂਰ ਹੋ ਜਾਣ। ਤੇ ਜਿੱਦਾਂ ਉਹਨੇ ਇੱਕ ਦਿਹਾਈ ਆਪਣੇ ਪੂਛ ਦੇ ਨਾਲ ਦੂਤਾਂ ਨੂੰ ਸੁੱਟ ਲਿਆ ਹੇਠਾਂ, ਉਹ ਚਾਹੁੰਦਾ ਜਦੋਂ ਮੈਂ ਨਾਸ ਹੋਣਾ, ਮੈਨੂੰ ਉਹਨੂੰ ਪਤਾ ਕਿ ਮੇਰਾ ਅੰਤ ਸਮੇਂ ਆ ਚੁੱਕਿਆ, ਉਹਨੂੰ ਪਤਾ ਮੈਂ ਜਦੋਂ ਨਾਸ ਹੋਣਾ ਹੈ ਤਾਂ ਮੈਂ ਕੀ ਕਰਾਂ, ਇਹਨਾਂ ਲੋਕਾਂ ਨੂੰ ਵੀ ਕੀ ਕਰਾਂ, ਆਪਣੇ ਨਾਲ ਲੈ ਕੇ ਜਾਵਾਂ। ਹਾਲੇਲੂਯਾ, ਤਾਂ ਵਚਨ ਦੱਸਦਾ ਸਾਡੀ ਲੜਾਈ ਕਿਸੇ ਲਹੂ ਮਾਸ ਦੇ ਨਾਲ ਨਹੀਂ, ਕਿਸੇ ਇਨਸਾਨ ਦੇ ਨਾਲ ਨਹੀਂ, ਸ਼ੈਤਾਨ ਦੇ ਨਾਲ ਆ, ਉਹ ਦੁਸ਼ਟ ਆਤਮਿਆਂ ਦੇ ਨਾਲ ਆ। ਤੇ ਇੱਕ ਆਤਮਾ ਦੇ ਨਾਲ ਸਰੀਰ ਕਿੱਦਾਂ ਲੜ ਸਕਦਾ? ਦੁਸ਼ਟ ਆਤਮਿਆਂ ਦੇ ਨਾਲ ਸਰੀਰ ਕਿੱਦਾਂ ਲੜ ਸਕਦਾ? ਤੁਸੀਂ ਸਰੀਰ ਦੇ ਵਿੱਚ ਹੋ ਕੇ ਉਹਦੇ ਨਾਲ ਲੜ ਨਹੀਂ ਸਕਦੇ। ਤੁਹਾਨੂੰ ਉਹਦੇ ਵਾਸਤੇ ਉਹ ਪਾਵਰ, ਉਹ ਬਲ ਚਾਹੀਦਾ, ਉਹ ਸਮਰੱਥ ਚਾਹੀਦੀ, ਉਹ ਪਵਿੱਤਰ ਆਤਮਾ ਚਾਹੀਦਾ ਹੈ, ਜਿਹਦੇ ਵਿੱਚ ਤੁਸੀਂ ਆਤਮਿਕ ਹੋ ਕੇ ਆਤਮਿਕ ਯੁੱਧ ਵਿੱਚ ਲੜੋ ਤੇ ਜਿੱਤ ਸਕੋ। ਹਾਲੇਲੂਯਾ, ਕਿਉਂਕਿ ਸਾਡੀ ਲੜਾਈ ਆਤਮਿਕ ਜਾਂ ਸਰੀਰਿਕ ਨਹੀਂ, ਤਾਂ ਸਾਡੀ ਲੜਾਈ ਕਿਸੇ ਇਨਸਾਨ ਦੇ ਨਾਲ ਨਹੀਂ। ਜਦੋਂ ਪ੍ਰਭੂ ਯਿਸੂ ਮਸੀਹ ਨੂੰ ਫੜਾਇਆ ਜਾਣਾ ਸੀ, ਉਹਨੇ ਫੜੇ ਜਾਣਾ ਸੀ, ਉਸ ਰਾਤ ਜਦ ਸਿਪਾਹੀ ਆਣ ਕੇ ਯਿਸੂ ਮਸੀਹ ਨੂੰ ਫੜ ਲੱਗੇ, ਤਾਂ ਪ੍ਰਭੂ ਦੇ ਦਾਸ ਨੇ ਤਲਵਾਰ ਧੋਈ ਔਰ ਤਲਵਾਰ ਕੱਢ ਕੇ ਔਰ ਉਸ ਸਿਪਾਹੀ ਦਾ ਕੰਨ ਉਡਾ ਦਿੱਤਾ। ਕਿੰਨੇ ਜਣਿਆਂ ਨੂੰ ਪਤਾ? ਤਾਂ ਪ੍ਰਭੂ ਯਿਸੂ ਮਸੀਹ ਨੇ ਉੱਥੇ ਉਹਨੂੰ ਡਾਂਟਿਆ, ਝਿੜਕਿਆ, ਆਂਦਾ ਆਪਣੀ ਤਲਵਾਰ ਮਿਆਨ ਕਰ, ਜਿਹੜੇ ਤਲਵਾਰਾਂ ਚਲਾਉਣਗੇ ਤਲਵਾਰਾਂ ਨਾਲ ਹੀ ਵੱਡੇ ਜਾਣਗੇ। ਤੁਸੀਂ ਤਲਵਾਰਾਂ ਨਹੀਂ ਚਲਾਉਣੀਆਂ, ਤੁਹਾਨੂੰ ਇੱਕ ਤਲਵਾਰ ਦਿੱਤੀ ਪਰਮੇਸ਼ੁਰ ਨੇ। ਹਾਲੇਲੂਯਾ, ਕਿਹੜੀ ਤਲਵਾਰ? ਵਚਨ ਦੀ। ਹਾਲੇਲੂਯਾ, ਇਹ ਚਲਾਉਣੀ ਆ। ਸ਼ੈਤਾਨ ਭੱਜ ਜਾਏਗਾ, ਲੋਕ ਨਹੀਂ ਠਹਿਰਨਗੇ ਤੁਹਾਡੇ ਅੱਗੇ। ਹਾਲੇਲੂਯਾ, ਪਰ ਇਹ ਤਲਵਾਰ ਸਾਡੇ ਕੋਲ ਕਦੋਂ ਹੋਵੇਗੀ? ਜਿਹੜੀ ਵਚਨ ਨੂੰ ਸੁਣਾਂਗੇ, ਖੁਦ ਪੜਾਂਗੇ, ਸਾਨੂੰ ਪਤਾ ਹੋਵੇਗਾ ਵਚਨ ਦਾ, ਤਾਂ ਹੀ ਸਹੀ ਉਹ ਤਲਵਾਰ ਨੂੰ ਚਲਾ ਸਕਾਂਗੇ। ਤੇ ਜਿਸ ਇਨਸਾਨ ਨੂੰ ਤਲਵਾਰ ਹੀ ਨਹੀਂ ਚਲਾਉਣੀ ਆਉਂਦੀ, ਬੋਲ ਤਾਂ ਹੋਵੇਗੀ, ਚਲਾਉਣੀ ਨਹੀਂ ਆਉਂਦੀ, ਉਹ ਆਪਣੇ ਹੀ ਨੁਕਸਾਨ ਕਰੇਗਾ, ਉਲਟਾ ਉਹਦੇ ਉੱਤੇ ਹੀ ਚੱਲ ਜਾਣੀ, ਉਹੀ ਫੜ ਕੇ ਉਹਨੇ ਚਲਾ ਦੇਣੀ। ਕਈ ਵੇਲੇ ਵੇਖਦੇ ਨਾ ਕਿਤੇ ਦੋ ਜਣੇ ਲੜਦੇ ਹੋਣ, ਇੱਕ ਦੇ ਹੱਥ 'ਚ ਡਾਂਗ ਹੋਵੇ ਤੇ ਇੱਕ ਉੱਦਾਂ ਹੀ ਹੋਵੇ, ਤੇ ਜਿਹਦੇ ਹੱਥ 'ਚ ਡਾਂਗ ਨਹੀਂ ਉਹ ਤਗੜਾ ਹੋਵੇ,
ਉਹਦੀ ਡਾਂਗ ਹੋ ਕੇ ਉਹਦੇ ਮਾਰ ਦਿੰਦਾ। ਹਾਲੇਲੀਆ, ਕਈ ਲੜਾਈਆਂ ਅਸੀਂ ਵੀ ਵੇਖੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਪਰ ਉਹ ਸੰਸਾਰੀ ਲੜਾਈ ਉਹ ਸਰੀਰਕ ਆ, ਪਰ ਆਤਮਿਕ ਲੜਾਈ, ਕਿਉਂਕਿ ਸ਼ੈਤਾਨ ਵੀ ਬਚਨ ਨੂੰ ਜਾਣਦਾ ਆ, ਉਹਨੂੰ ਵੀ ਬਚਨ ਦੀ ਨੌਲੇਜ ਆ, ਉਹ ਸਾਨੂੰ ਭਾਵੇਂ ਅਜੇ ਘੱਟ ਹੋਵੇ ਉਹਨੂੰ ਪੂਰਾ ਬਚਨ ਦੀ ਨੌਲੇਜ, ਕਿਉਂਕਿ ਉਹ ਪਰਮੇਸ਼ੁਰ ਦਾ ਅਭਿਸ਼ੇਕ ਕੀਤਾ ਹੋਇਆ, ਪਰਮੇਸ਼ੁਰ ਦਾ ਰਾਧਕ ਸੀ, ਉਹ ਪਰਮੇਸ਼ੁਰ ਦੇ ਹੁਕਮ ਵਿਧੀਆਂ ਨੂੰ ਜਾਣਦਾ ਹੈ। ਉਹਨੂੰ ਪਤਾ ਮੈਂ ਕਿੱਥੇ ਇਹਨਾਂ ਨੂੰ ਹੁਕਮ ਤੜਵਾਉਣਾ ਹੈ, ਉਹਨੂੰ ਪਤਾ ਹੈ ਮੈਂ ਕਿੱਥੇ ਇਹਨਾਂ ਦਾ ਨਾਸ ਕਰਨਾ, ਕਿੱਥੇ ਇਹਨਾਂ ਨੂੰ ਗਿਰਾਉਣਾ ਵਾ, ਤੇ ਪਾਪ ਵਿੱਚ ਗਿਰਨ ਤੇ ਮੈਂ ਇਹਨਾਂ ਨੂੰ ਕੀ ਕਰਾਂ, ਪਰਮੇਸ਼ੁਰ ਤੋਂ ਦੂਰ ਕਰਾਂ ਤੇ ਮੈਂ ਆਪਣੇ ਵੱਲ ਖਿੱਚਾਂ, ਇਹਨਾਂ ਦਾ ਨਾਸ ਕਰਾਂ, ਇਹਨਾਂ ਨੂੰ ਇਸਤੇਮਾਲ ਕਰਾਂ। ਹਾਲੇਲੂਯਾ, ਅੱਜ ਸ਼ੈਤਾਨ ਮਨੁੱਖ ਨੂੰ ਮੋਹਰਾ ਬਣਾ ਕੇ ਤੇ ਪਰਮੇਸ਼ੁਰ ਦੇ ਖਿਲਾਫ ਜੰਗ ਕਰਨਾ ਚਾਹੁੰਦਾ ਹੈ। ਹਾਲੇਲੂਯਾ, ਸ਼ੈਤਾਨ ਦੀ ਜੰਗ ਆ ਪਰਮੇਸ਼ੁਰ ਦੇ ਨਾਲ, ਉਹ ਪਰਮੇਸ਼ੁਰ ਦੇ ਨਾਲ ਜੰਗ ਕਰਨਾ ਚਾਹੁੰਦਾ, ਲੜਨਾ ਚਾਹੁੰਦਾ ਆ, ਔਰ ਪਰਮੇਸ਼ੁਰ ਦੇ ਲੋਕਾਂ ਨੂੰ ਹੀ ਉਹਦੇ ਵਿਰੋਧ ਕਰਨਾ ਚਾਹੁੰਦਾ ਹੈ। ਹਾਲੇਲੂਯਾ, ਇੱਥੇ ਕੋਈ ਜਾਤ ਪਾਤ ਦਾ ਮਸਲਾ ਨਹੀਂ, ਇੱਥੇ ਕੋਈ ਧਰਮ ਦਾ ਕੋਈ ਮਸਲਾ ਨਹੀਂ ਆ, ਕਿਉਂਕਿ ਸਾਨੂੰ ਸੱਚਾਈ ਨੂੰ ਸਮਝਣ ਦੀ ਜ਼ਰੂਰਤ ਹੈ। ਜੇ ਸਾਡੇ ਸਮਝ ਵਿੱਚ ਵਚਨ ਆ ਗਿਆ ਤਾਂ ਸਮਝੋ ਪਰਮੇਸ਼ੁਰ ਦੇ ਹੀ ਕੰਮਾਂ ਦੇ ਲਈ ਤਿਆਰ ਆ, ਕਿਉਂਕਿ ਖੁਦਾ ਸਾਨੂੰ ਇਸਤੇਮਾਲ ਕਰਨਾ ਚਾਹੁੰਦਾ, ਕਿਉਂਕਿ ਵਚਨ 'ਚ ਲਿਖਿਆ ਉਹ ਲੋਕ ਪਰਮੇਸ਼ੁਰ ਦੇ ਨਾਲ ਹੋ ਕੇ ਉਹ ਦੁਸ਼ਟ ਦੇ ਉੱਤੇ ਫਤਿਹ ਪਾਉਣਗੇ, ਉਹ ਸੱਚਕਰ ਦੇ ਉੱਤੇ ਫਤਿਹ ਪਾਉਣਗੇ, ਸੱਦੇ ਹੋਏ ਚੁਣੇ ਹੋਏ ਤੇ ਮਤਬਰ ਲੋਕ। ਹਾਲੇਲੂਯਾ, ਤੇ ਜੇ ਸੱਦੇ ਹੋਏ ਅਜੇ ਚੁਣੇ ਹੋਏ ਕਮਜ਼ੋਰ ਆ ਆਤਮਾ ਦੇ ਵਿੱਚ, ਅਜੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਲੜਾਈ ਕਿਹਦੇ ਨਾਲ, ਤੇ ਲੜਨਗੇ ਕਿੱਦਾਂ, ਜਿੱਤ ਕਿੱਦਾਂ ਪਾਉਣਗੇ, ਫਤਿਹ ਕਿੱਦਾਂ ਪਾਉਣਗੇ। ਹਾਲੇਲੂਯਾ, ਹਾਲੇਲੂਯਾ, ਵਚਨ 'ਚ ਲਿਖਿਆ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ, ਆਪਣੇ ਅੰਗ ਜਿਹੜੇ ਨੇ ਧਰਮ ਦੇ ਹਥਿਆਰ ਬਣਨ ਲਈ ਪਰਮੇਸ਼ੁਰ ਨੂੰ ਸੌਂਪ ਦਿਓ, ਪਰਮੇਸ਼ੁਰ ਇਹਨਾਂ ਨੂੰ ਇਸਤੇਮਾਲ ਕਰੇ ਸ਼ੈਤਾਨ ਨੂੰ ਨਾਸ ਕਰਨ ਦੇ ਲਈ, ਉਹਦੇ ਕੰਮਾਂ ਨੂੰ ਨਾਸ ਕਰਨ ਦੇ ਲਈ ਤੁਹਾਡੇ ਅੰਗਾਂ ਨੂੰ ਇਸਤੇਮਾਲ ਕਰੇ। ਹਾਲੇਲੂਯਾ, ਕਿਉਂਕਿ ਉਹਨੂੰ ਤੁਹਾਡੇ ਸਰੀਰ ਦੀ ਜ਼ਰੂਰਤ ਆ। ਵਚਨ 'ਚ ਲਿਖਿਆ ਪਰਮੇਸ਼ੁਰ ਆਤਮਾ ਆ, ਕਿੰਨੇ ਜਾਣੇ ਜਾਣਦੇ ਆ, ਪਰਮੇਸ਼ੁਰ ਆਤਮਾ ਉਹ ਸਰੀਰ ਨਹੀਂ, ਜਦੋਂ ਸਾਡੇ ਨਾਲ ਗੱਲਬਾਤ ਕਰਦਾ ਤਾਂ ਸਾਡੇ ਸਰੀਰ ਦੇ ਵਿੱਚ ਹੋ ਕੇ ਗੱਲਬਾਤ ਨਹੀਂ ਕਰਦਾ, ਸਾਡੀ ਆਤਮਾ ਦੇ ਨਾਲ ਗੱਲਬਾਤ ਕਰਦਾ। ਬਹੁਤ ਲੋਕੀ ਸ਼ਾਇਦ ਤੁਸੀਂ ਸੁਣੇ ਹੋਵੋ, ਮੈਂ ਖੁਦ ਵੇਖਿਆ ਕਿ ਜਦੋਂ ਵੀ ਪਰਮੇਸ਼ੁਰ ਨੇ ਮੇਰੇ ਨਾਲ ਗੱਲਬਾਤ ਕੀਤੀ ਆ, ਦਰਸ਼ਨ ਦੇ ਦੁਆਰਾ ਸੁਪਨਿਆਂ ਦੇ ਵਿੱਚ ਗੱਲਬਾਤ ਕੀਤੀ, ਉਹ ਸਾਡੀ ਆਤਮਾ ਨਾਲ ਗੱਲਬਾਤ ਕਰਦਾ ਹੈ, ਉਹ ਸਾਡੀ ਆਤਮਾ ਨੂੰ ਪਿਆਰ ਕਰਦਾ ਆ। ਹਾਲੇਲੂਯਾ, ਕਿਹਨੂੰ ਪਿਆਰ ਕਰਦਾ ਪਰਮੇਸ਼ੁਰ, ਸਾਡੀ ਆਤਮਾ ਨੂੰ, ਸਾਡੇ ਸਰੀਰ ਨੂੰ ਨਹੀਂ। ਵਚਨ 'ਚ ਲਿਖਿਆ ਇਹ ਸਰੀਰ ਮਿੱਟੀ ਤੋਂ ਬਣਿਆ ਤੇ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਆ, ਇਹਦੇ ਨਾਲ ਕੋਈ ਵਾਸਤਾ ਨਹੀਂ ਪਰਮੇਸ਼ੁਰ ਨੂੰ, ਕੋਈ ਕਾਲਾ ਹੋਵੇ, ਗੋਰਾ ਹੋਵੇ, ਲੰਮਾ ਹੋਵੇ, ਛੋਟਾ ਹੋਵੇ, ਵਿੰਗਾ ਟੇਢਾ ਹੋਵੇ, ਉਹਦੇ ਨਾਲ ਕੋਈ ਮਤਬਲ ਨਹੀਂ, ਪਰਮੇਸ਼ੁਰ ਨੂੰ ਮਤਬਲ ਹੈ ਸਾਡੀ ਆਤਮਾ ਦੇ ਨਾਲ। ਹਾਲੇਲੂਯਾ, ਤਾਂ ਆਪਾਂ ਕੀ ਬਣਨਾ ਆ, ਆਤਮਿਕ। ਆਤਮਿਕ ਅਸੀਂ ਕਦੋਂ ਬਣਾਂਗੇ, ਜਦੋਂ ਆਤਮਾ ਦੇ ਦੁਆਰਾ ਚੱਲਾਂਗੇ, ਵਚਨ ਦੇ ਦੁਆਰਾ ਚੱਲਾਂਗੇ। ਜਦੋਂ ਇਹ ਸਰੀਰ ਦੇ ਦੁਆਰਾ ਚੱਲਾਂਗੇ ਉਦੋਂ ਸ਼ੈਤਾਨ ਤੁਹਾਨੂੰ ਫਸਾਵੇਗਾ, ਉਹਦੇ ਤੁਹਾਡੇ ਜੀਵਨ 'ਚ ਬਿਮਾਰੀਆਂ, ਹਾਲਾਤ, ਪਰੇਸ਼ਾਨੀਆਂ ਲੈ ਕੇ ਆਵੇਗਾ। ਹਾਲੇਲੂਯਾ,
ਕਿਉਂਕਿ ਉਸ ਚੀਜ਼ ਉੱਤੇ ਜਿੱਤ ਪਾਉਣੀ ਆ, ਜਿੱਤ ਹੀ ਕਿੱਦਾਂ ਪਾ ਸਕਦੇ ਹਾਂ। ਸ਼ੈਤਾਨ ਦੀਆਂ ਗੱਲਾਂ ਨੂੰ ਮੰਨ ਕੇ ਨਹੀਂ, ਸ਼ੈਤਾਨ ਦੀਆਂ ਗੱਲਾਂ ਹੀ ਉਦੋਂ ਮੰਨਦੇ ਜਦੋਂ ਸਰੀਰ ਦੇ ਵਿੱਚ ਹੁੰਦੇ ਆ। ਵਚਨ ਦਾਦਾ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਆਤਮਿਕ ਜੀਵਨ ਦਿੱਤਾ ਸੀ, ਸਰੀਰਕ ਨਹੀਂ। ਉਹ ਸਰੀਰ ਦੇ ਵਿੱਚ ਸੀ, ਨੰਗੇ ਸੀ, ਪਰ ਉਹਨਾਂ ਨੂੰ ਇੰਨਾ ਨਹੀਂ, ਉਹਨਾਂ ਨੂੰ ਰੱਤਾ ਵੀ ਸ਼ਰਮ ਨਹੀਂ ਆਉਂਦੀ ਇੱਕ ਦੂਜੇ ਤੋਂ ਕਿ ਅਸੀਂ ਕੀ ਆ, ਨੰਗੇ ਆ। ਵਚਨ ਦਾਦਾ ਉਹਨਾਂ ਨੂੰ ਰੱਤਾ ਵੀ ਸ਼ਰਮ ਨਹੀਂ, ਕਿਉਂਕਿ ਉਹ ਆਤਮਿਕ ਸੀਗੇ, ਪਰਮੇਸ਼ਰ ਦੇ ਨਾਲ ਉਹਨਾਂ ਦਾ ਸੰਗ ਸੀ। ਪਰ ਜਦੋਂ ਸ਼ੈਤਾਨ ਨੇ ਉਹਨਾਂ ਨੂੰ ਇਸਤੇਮਾਲ ਕੀਤਾ, ਪਾਪ ਉਹਨਾਂ ਦੇ ਜੀਵਨ ਵਿੱਚ ਆ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਅਸੀਂ ਕੀ ਹੁਣ ਨੰਗੇ ਆ। ਹਾਲੇਲੂਯਾ। ਤੋ ਆਤਮਿਕ ਜੀਵਨ ਦੇ ਵਿੱਚੋਂ ਫਿਰ ਕਿਹੜੇ ਜੀਵਨ ਚ ਆ ਗਏ? ਸਰੀਰਕ ਜੀਵਨ ਦੇ ਵਿੱਚ ਆ ਗਏ। ਤੇ ਜਦੋਂ ਸਰੀਰਕ ਜੀਵਨ ਦੇ ਵਿੱਚ ਆ ਗਏ ਤਾਂ ਪਰਮੇਸ਼ਰ ਨੇ ਅਦਨ ਦੇ ਬਾਗ ਵਿੱਚ ਉਹਨਾਂ ਨੂੰ ਬਾਹਰ ਕੱਢ ਦਿੱਤਾ। ਹਾਲੇਲੂਯਾ। ਆਤਮਾ ਦੇ ਦੁਆਰਾ ਚੱਲਣਾ ਜ਼ਰੂਰੀ ਆ। ਤੁਸੀਂ ਜਦੋਂ ਲੜਾਈ ਕਰਦੇ ਸ਼ੈਤਾਨ ਦੇ ਨਾਲ ਤਾਂ ਸਰੀਰ ਦੇ ਵਿੱਚ ਉਹਦੇ ਨਾਲ ਨਹੀਂ ਲੜ ਸਕਦੇ ਵੀ ਆਪਣੀ ਡਾਂਗ ਲਾਗੇ ਰੱਖੀ ਹੋਵੇ ਤੇ ਸ਼ੈਤਾਨ ਆਹ ਮੈਂ ਤੈਨੂੰ ਵੇਖਾਂਗਾ ਹੁਣ। ਹਾਲੇਲੂਯਾ। ਕਿਹਨੂੰ ਮਾਰੋਗੇ? ਉਹ ਤੇ ਆਤਮਾ ਆ। ਲਿਖਿਆ ਦੁਸ਼ਟ ਆਤਮਿਆਂ ਦੇ ਨਾਲ ਸਾਡੀ ਲੜਾਈ ਹੈ। ਦੁਸ਼ਟ ਆਤਮੇ ਉਹ ਆਤਮੇ ਨੇ, ਸਾਡੀ ਲੜਾਈ ਉਹਨਾਂ ਦੇ ਨਾਲ। ਅਸੀਂ ਲੜ ਉਦੋਂ ਸਕਦੇ ਹਾਂ ਜਦੋਂ ਹੀ ਆਤਮਾ ਦੇ ਵਿੱਚ ਹੋਵਾਂਗੇ, ਸਰੀਰ ਦੇ ਵਿੱਚ ਨਹੀਂ। ਹਾਲੇਲੂਯਾ, ਹਾਲੇਲੂਯਾ। ਕਿਉਂਕਿ ਅੱਜ ਥੋੜਾ ਜਿਹਾ ਵੀ ਪਾਪ, ਵਚਨ ਚ ਲਿਖਿਆ ਥੋੜਾ ਜਿਹਾ ਵੀ ਖਮੀਰ ਸਾਰੀ ਤੌਰ ਨੂੰ ਖਮੀਰਿਆਂ ਕਰ ਦਿੰਦਾ। ਕਿੰਨੀਆਂ ਭੈਣਾਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਆਟਾ ਗੁੰਨਦੇ ਤਾਂ ਰਾਤ ਦਾ ਆਟਾ ਪਿਆ ਹੋਵੇ ਨਾ, ਵਿਆਹ ਕਿਤੇ ਉਹਦੇ ਵਿੱਚ ਗੁੰਨ ਲਈਏ ਤਾਂ ਸਾਰਾ ਹੀ ਆਟਾ ਜਿਹੜਾ ਖਰਾਬ ਹੋ ਜਾਂਦਾ, ਸਾਰਾ ਖਮੀਰਾ ਹੋ ਜਾਂਦਾ। ਵਚਨ ਦਾਦਾ ਥੋੜਾ ਜਿਹਾ ਵੀ ਤੁਹਾਡੇ ਜੀਵਨ ਦੇ ਵਿੱਚ ਜੇ ਖਮੀਰ ਆ ਤਾਂ ਤੁਹਾਨੂੰ ਸਾਰੇ ਨੂੰ ਖਮੀਰਾ ਕਰ ਦੇਗਾ। ਪੂਰਾ ਆਤਮਾ ਦੇ ਦੁਆਰਾ ਚੱਲਣਾ ਤਾਂ ਹੀ ਜਿੱਤ ਹੀ ਪ੍ਰਾਪਤ ਕਰ ਸਕਦੇ ਹਾਂ। ਹਾਲੇਲੂਯਾ, ਹਾਲੇਲੂਯਾ। ਤਾਂ ਸਾਡੇ ਯੁੱਧ ਦੇ ਹਥਿਆਰ, ਹਾਲੇਲੂਯਾ, ਕਿਉਂਕਿ ਪਰਮੇਸ਼ਰ ਨੇ ਸਾਨੂੰ ਇੱਕ ਲੜਾਈ ਦੇ ਵਿੱਚ ਲਿਆਂਦਾ, ਇੱਕ ਹੀ ਯੁੱਧ ਦੇ ਵਿੱਚ ਆ, ਇੱਕ ਹੀ ਲੜਾਈ ਦੇ ਵਿੱਚ ਆ। ਤਾਂ ਅਸੀਂ ਇਹ ਨਹੀਂ ਕਿ ਅਸੀਂ ਸਰੀਰ ਦੇ ਦੁਆਰਾ ਸ਼ੈਤਾਨ ਨਾਲ ਲੜੀਏ, ਸਰੀਰ ਦੇ ਦੁਆਰਾ ਤੁਸੀਂ ਲੜ ਕੇ ਜਿੱਤ ਨਹੀਂ ਸਕਦੇ। ਇਹ ਸਰੀਰ ਦੇ ਦੁਆਰਾ ਹੀ ਫਾਇਰ ਫਾਇਰ ਸੁੱਟੀ ਜਾਣਗੇ ਸ਼ੈਤਾਨ ਦੇ ਉੱਤੇ, ਉਹਨੂੰ ਫਾਇਰ ਲੱਗਦੀ ਵੀ ਨਹੀਂ। ਹਾਲੇਲੂਯਾ। ਉਹ ਕਾਹਦੇ ਦੁਆਰਾ ਆ? ਸਰੀਰ ਦੇ ਦੁਆਰਾ। ਹਾਲੇਲੂਯਾ। ਪਹਿਲਾ ਦੂਜਾ ਗ੍ਰੰਥੀਆ ਉਹਦੀ 10 ਉਹਦੀ 3 ਐਤ ਵਿੱਚੋਂ ਅਸੀਂ ਪੜ੍ਹਦੇ ਹਾਂ ਵਚਨ। ਵੇਖੋ ਸੰਤ ਪੌਲਸ ਇੱਥੇ ਕੀ ਕਹਿੰਦਾ, ਦੂਜਾ ਗ੍ਰੰਥੀਆ ਉਹਦਾ 10 ਉਹਦੀ 3 ਐਤ। ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ। ਹਾਲੇਲੂਯਾ। ਸੰਤ ਪੌਲਸ ਕਹਿੰਦਾ ਅਸੀਂ ਭਾਵੇਂ ਸਰੀਰ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ। ਅਸੀਂ ਕਾਹਦੇ 'ਚ ਚੱਲਦੇ ਹਾਂ ਹੁਣ? ਕਾਹਦੇ ਵਿੱਚ ਅਸੀਂ ਚੱਲਦੇ ਹਾਂ? ਸਰੀਰ ਵਿੱਚ। ਸਾਨੂੰ ਪਰਮੇਸ਼ਰ ਨੇ ਇੱਕ ਸਰੀਰ ਦਿੱਤਾ ਹੈ। ਜਦੋਂ ਅਸੀਂ ਹੱਥ ਪੈਰ ਹਿਲਾਉਂਦੇ ਤੇ ਸਾਡੇ ਵਿੱਚ ਹੱਥ ਹਿਲਾਉਣ ਵਾਲਾ ਸਾਡਾ ਸਰੀਰ ਨਹੀਂ ਆ, ਸਾਡੀ ਆਤਮਾ ਆ। ਹਾਲੇਲੂਯਾ। ਇਹ ਜਿਹੜੇ ਹੱਥ ਪੈਰ ਹਿਲਾਉਂਦੇ ਇਹ ਕੌਣ ਹੈ ਸਾਡੇ ਵਿੱਚ? ਜਿਹੜਾ ਬੋਲਦਾ ਇਹ ਕੌਣ ਆ? ਆਤਮਾ ਹੈ। ਤੇ ਬਹੁਤ ਸਾਰੇ ਲੋਕ ਵੇਖਣਾ ਜਦੋਂ ਡੈਡ ਹੋ ਜਾਂਦੇ ਆ ਤੁਸੀਂ ਵੇਖਣਾ ਉਹਨਾਂ ਦੇ ਹੱਥ ਪੈਰ ਜਿੰਨੇ ਮਰਜ਼ੀ ਲਾਓ ਜਿੱਥੇ ਰੱਖ ਦੋ ਉੱਥੇ ਪਏ, ਕਿਉਂਕਿ ਉਦੋਂ ਵੀ ਉਹਨਾਂ ਦੇ ਕੋਲ ਸਰੀਰ ਹੀ ਆ ਪਰ ਉਹਨਾਂ ਦੇ ਵਿੱਚ ਉਹ ਕੀਮਤੀ ਚੀਜ਼ ਨਿਕਲ ਗਈ ਜਿਹੜੀ ਪਰ
ਪਰਮੇਸ਼ਰ ਨੇ ਪਾਈ ਆਤਮਾ। ਹਾਲੇਲੂਯਾ। ਸੰਤ ਪੌਲ ਸੰਦਾ ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਆਤਮ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ। ਹਾਂਜੀ ਚਾਰ ਹੈ। ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਕ ਨਹੀਂ ਸਗੋਂ ਪਰਮੇਸ਼ਵਰ ਦੇ ਭਾਣੇ ਕਿਲਿਆਂ ਦੇ ਢਾ ਦੇਣ ਵਾਲੇ ਡਾਢੇ ਤਗੜੇ ਹਨ। ਹਾਲੇਲੂਯਾ। ਕਹਿੰਦਾ ਇਸ ਲਈ ਜੋ ਸਾਡੇ ਯੁੱਧ ਦੇ ਸ਼ਸਤਰ ਸਰੀਰਕ ਨਹੀਂ ਸਾਡੇ ਯੁੱਧ ਕਰਨ ਦੇ ਸ਼ਸਤਰ ਜਿਹੜੇ ਸਰੀਰਕ ਨਹੀਂ ਆਤਮਿਕ ਨੇ। ਹਾਲੇਲੂਯਾ। ਸਾਨੂੰ ਪਰਮੇਸ਼ਵਰ ਨੇ ਹਥਿਆਰ ਦਿੱਤੇ ਹੋਏ ਆ ਉਹ ਰੂਹ ਦੇ ਹਥਿਆਰ ਦਿੱਤੇ ਨੇ ਪਰਮੇਸ਼ਵਰ ਨੇ। ਤੁਸੀਂ ਆਤਮਾ ਦੇ ਦੁਆਰਾ ਲੜਨਾ ਹੈ ਸਰੀਰ ਦੇ ਦੁਆਰਾ ਨਹੀਂ। ਚਾਰ ਦਾ ਅੱਠ। ਕਿਉਂ ਜੋ ਸਰੀਰਕ ਸਾਧਨਾਂ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾ ਗੱਲਾਂ ਲਈ ਲਾਭਵੰਤ ਹੈ। ਹਾਲੇਲੂਯਾ। ਸਰੀਰਕ ਸਾਧਨਾਂ ਤੋਂ ਲਾਭ ਥੋੜਾ ਹੈ। ਅਸੀਂ ਸਰੀਰ ਦੇ ਅਨੁਸਾਰ ਜਿਹੜਾ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਉਹਦੇ ਅਨੁਸਾਰ ਲਾਭ ਥੋੜਾ ਵਾ। ਸਾਨੂੰ ਉਹਦੇ ਵਿੱਚ ਲਾਭ ਥੋੜਾ ਮਿਲਣਾ ਹੈ ਪਰ ਜਦੋਂ ਅਸੀਂ ਆਤਮਾ ਦੇ ਨਾਲ ਪ੍ਰਭੂ ਦੀ ਭਗਤੀ ਕਰਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਆ ਉਹ ਲਾਭਵੰਤ ਆ ਉਹ ਜ਼ਿਆਦਾ ਲਾਭ ਮਿਲਦਾ ਆ ਸਾਨੂੰ। ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਨੇ ਸਾਮਰੀ ਤੀਵੀ ਨੂੰ ਕਿਹਾ ਪਰਮੇਸ਼ਵਰ ਆਤਮਾ ਆ ਆਂਦਾ ਪਰਮੇਸ਼ਵਰ ਐਸੇ ਭਗਤਾਂ ਨੂੰ ਚਾਹੁੰਦਾ ਹੈ ਜਿਹੜਾ ਆਤਮਾ ਤੇ ਸੱਚਾਈ ਦੇ ਨਾਲ ਭਗਤੀ ਕਰਨ। ਕਾਹਦੇ ਨਾਲ? ਆਤਮਾ ਦੇ ਨਾਲ। ਆਤਮਿਕ ਲੜਾਈ ਆਤਮਿਕ ਯੁੱਧ ਆਤਮਿਕ ਭਗਤੀ ਆਤਮਾ ਦੇ ਵਿੱਚ ਚੱਲਣਾ ਆਤਮਾ ਦੇ ਅਨੁਸਾਰ ਸ਼ੈਤਾਨ ਦੇ ਨਾਲ ਲੜਨਾ। ਹਾਲੇਲੂਯਾ। ਇੱਥੇ ਆਤਮਾ ਦੀ ਗੱਲ ਹੋਣ ਡਈ